ਜ਼ਿਮੀਦਾਰ ਭਰਾਓ, ਉਮੀਦ ਹੈ ਤੁਹਾਡੀ ਕਮਾਦ ਦੀ ਫਸਲ ਠੀਕ ਠਾਕ ਹੋਏਗੀ। ਅਤੇ ਮੇਰੀ ਕਮਾਦ ਦੀ ਫਸਲ 'ਚ ਇੱਕ ਕੀੜਾ ਹਮਲਾਵਰ ਹੋ ਗਿਆ ਔਰ ਮੈਂ ਉਹਦੇ ਬਾਰੇ ਸਵਾਲ ਪੁੱਛਾਂਗਾ ਰਿਕਲਟ ਐਪ ਦੇ ਵਿੱਚ ਜਾ ਕੇ, ਤੁਸੀਂ ਵੀ ਦੇਖੋ ਜਨਾਬ। ਔਰ ਸਵਾਲ ਇਹ ਹੈ ਕਿ ਮੇਰੇ ਕਮਾਦ ਦੀ ਫਸਲ 'ਚ ਚੋਟੀ 'ਤੇ ਔਰ ਤਨੇ ਦੇ ਵਿੱਚ ਔਰ ਜੜ੍ਹ ਦੇ ਵਿੱਚ ਇੱਕ ਕੀੜਾ ਆ ਗਿਆ, ਉਹਦਾ ਕੀ ਹੱਲ ਹੈ? ਅਤੇ ਰਿਕਲਟ ਦੇ ਜ਼ਰਾਈ ਮਾਹਿਰ ਨੇ ਉਹਦਾ ਜਵਾਬ ਦਿੱਤਾ ਜਨਾਬ। ਉਹ ਕਹਿੰਦੇ ਨੇ ਕਿ ਕਮਾਦ ਦੀ ਫਸਲ 'ਚ ਜਿਹੜੇ ਗੜੂਏ ਹੁੰਦੇ ਨੇ ਉਹ ਇਸ ਤਰ੍ਹਾਂ ਹਮਲਾਵਰ ਹੁੰਦੇ ਨੇ। ਉਹ ਕੀ ਕਰਦੇ ਨੇ ਕਿ ਇੱਕ ਗੜੂਆ ਐਸਾ ਜਿਹੜਾ ਚੋਟੀ 'ਤੇ ਹਮਲਾ ਕਰਦਾ, ਯਾਨੀ ਬਿਲਕੁਲ ਜਿਹੜਾ ਗੰਨੇ ਦਾ ਟਾਪ ਹੁੰਦਾ, ਬਿਲਕੁਲ ਉਤਲੀ ਸਾਈਡ ਜਿਹੜੀ ਹੁੰਦੀ ਹੈ ਉੱਥੇ ਹਮਲਾਵਰ ਹੁੰਦਾ, ਅਤੇ ਇੱਕ ਗੜੂਆ ਐਸਾ ਜਿਹੜਾ ਕਿ ਤਨੇ ਦੇ ਵਿੱਚ ਹੁੰਦਾ ਔਰ ਤਨੇ ਨੂੰ ਖਰਾਬ ਕਰ ਦਿੰਦਾ, ਅਤੇ ਇੱਕ ਗੜੂਆ ਜਿਹੜਾ ਉਹ ਜੜ੍ਹ ਨੂੰ ਖਰਾਬ ਕਰ ਦਿੰਦਾ। ਇਹਨਾਂ ਦਾ ਹੱਲ ਜਿਹੜਾ ਉਹਨਾਂ ਨੇ ਇਹ ਦੱਸਿਆ ਕਿ ਇੱਕ ਸਪਰੇਅ ਹੈ, ਜ਼ਹਿਰ ਹੈ, ਉਹਦਾ ਨਾਂ ਹੈ ਵਰਟੈਕੋ। ਵਰਟੈਕੋ ਅਗਰ ਅਸੀਂ ਸਪਰੇਅ ਕਰ ਦਿਆਂਗੇ ਆਪਣੇ ਗੰਨੇ ਦੀ ਫਸਲ ਦੇ ਵਿੱਚ ਤਾਂ ਬਹੁਤ ਹੱਦ ਤੱਕ ਇਹ ਜਿਹੜੇ ਗੜੂਏ ਨੇ ਇਹ ਕੰਟਰੋਲ ਹੋ ਜਾਂਦੇ ਨੇ। ਜ਼ਿਮੀਦਾਰ ਭਰਾਓ, ਇਸ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਬਸਕ੍ਰਾਈਬ ਦੇ ਬਟਨ 'ਤੇ ਕਲਿੱਕ ਕਰੋ ਅਤੇ ਨਾਲ ਜਨਾਬ ਬੈੱਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਜਿਹੜੀਆਂ ਤਾਜ਼ਾ ਅਤੇ ਫਰੈਸ਼ ਵੀਡੀਓਜ਼ ਆਉਂਦੀਆਂ ਨੇ ਸਾਡੇ ਚੈਨਲ 'ਤੇ ਉਹਨਾਂ ਦੇ ਨੋਟੀਫਿਕੇਸ਼ਨ ਮਿਲ ਸਕਣ ਅਤੇ ਤੁਸੀਂ ਦੇਖ ਸਕੋ।